ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਚੈਨਲ ਦੇ ਉੱਪਰ ਬਾਬਾ ਮਹਾ ਹਰਨਾਮ ਸਿੰਘ ਜੀ ਪੁੱਛੋ ਵਾਲੇ ਮਹਾਂਪੁਰਖਾਂ ਦਾ ਲੜੀਵਾਰ ਜੀਵਨ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਬਾਬਾ ਜੀ ਦੇ ਜੀਵਨ ਦਾ ਅੱਜ ਭਾਗ ਪਹਿਲਾ ਆਪ ਜੀਆਂ ਦੇ ਨਾਲ ਸਾਂਝਾ ਕਰਾਂਗੇ। ਭਾਗਾਂ ਵਾਲੀ ਧਰਤੀ ਮਨਸੂਰਵਾਲ ਵਿਖੇ, ਜੋ ਕਿ ਜ਼ਿਲ੍ਹਾ ਕਪੂਰਥਲਾ, ਬਾਬਾ ਬੂੜ ਸਿੰਘ ਜੀ ਅਤੇ ਮਾਤਾ ਪ੍ਰਧਾਨ ਕੌਰ ਜੀ ਦੀ ਕੁੱਖੋਂ ਸਭ ਤੋਂ ਛੋਟੇ ਬਾਲਕ ਦੇ ਰੂਪ ਵਿੱਚ 1870 ਨੂੰ ਜਨਮ ਲਿਆ। ਮਾਤਾ ਪਿਤਾ ਨੇ ਇਸ ਦਾ ਨਾਮ ਨਿਹਾਲ ਸਿੰਘ ਰੱਖਿਆ, ਪਰ ਕੌਣ ਜਾਣਦਾ ਸੀ ਕਿ ਇਹ ਬਾਲਕ ਕਿਤਨੀ ਕਮਾਈ ਵਾਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਿਤਨਾ ਕੁ ਵੱਡਾ ਮਹਾਤਮਾ ਅਖਵਾਵੇਗਾ। ਇਸ ਗੱਲ ਦਾ ਤਾਂ ਕਿਸੇ ਬੱਚੇ ਦੇ ਮਾਂ ਬਾਪ ਨੂੰ ਨਹੀਂ ਪਤਾ ਹੁੰਦਾ, ਬਲਕਿ ਲੋਕ ਤਾਂ ਪਛਾਣ ਲੈਂਦੇ ਹਨ ਪਰ ਘਰ ਵਾਲੇ ਨਹੀਂ ਪਛਾਣ ਸਕਦੇ। ਉਹਨਾਂ ਨਾਲ ਸੰਬੰਧ ਹੀ ਇਸ ਤਰ੍ਹਾਂ ਦਾ ਹੁੰਦਾ ਹੈ, ਪਰ ਉਸਦੇ ਸਦਕੇ ਮਾਤਾ ਪਿਤਾ ਨੂੰ ਵੀ ਦੁਨੀਆ ਪੂਜਦੀ ਹੈ। ਮਾਤਾ ਪਿਤਾ ਦੇ ਪੁੰਨ ਵੱਡੇ ਹੋਣ ਕਰਕੇ ਹੀ ਐਸੇ ਮਹਾਂਪੁਰਖ ਦੁਨੀਆ ਦੇ ਉੱਪਰ ਆਉਂਦੇ ਨੇ। ਪਹਿਲਾ ਨਾਮ ਜੋ ਮਾਤਾ ਪਿਤਾ ਨੇ ਰੱਖਿਆ ਉਹ ਨਿਹਾਲ ਸਿੰਘ ਸੀ, ਪਰ ਜਦੋਂ ਮਹਾਂਪੁਰਖਾਂ ਨੇ ਕਿਰਪਾ ਕੀਤੀ ਤਾਂ ਨਾਮ ਬਦਲ ਕੇ ਹਰਨਾਮ ਸਿੰਘ ਰੱਖ ਦਿੱਤਾ। ਬਾਬਾ ਜੀ ਦੇ ਤਿੰਨ ਭਰਾ ਸਨ, ਜੋ ਕਿ ਉਮਰ ਵਿੱਚ ਉਹਨਾਂ ਤੋਂ ਵੱਡੇ ਸਨ, ਬੱਗਾ ਸਿੰਘ, ਦਸੌਂਦਾ ਸਿੰਘ ਅਤੇ ਨਿਦਾਨ ਸਿੰਘ। ਆਪ ਜੀ ਦਾ ਗੋਤ ਬਲ ਜ਼ਿਮੀਦਾਰ ਸੀ। ਆਪ ਦੇ ਮਾਤਾ ਦਾ ਪਿੰਡ ਰੰਧਾਵਾ ਸੀ ਅਤੇ ਉਹਨਾਂ ਦਾ ਗੋਤ ਵੀ ਰੰਧਾਵਾ ਹੀ ਸੀ। ਆਪ ਜੀ ਦੇ ਨਾਨੇ ਦਾ ਨਾਮ ਕਾਹਨ ਸਿੰਘ ਅਤੇ ਨਾਨੀ ਦਾ ਨਾਮ ਨੰਦ ਕੌਰ ਸੀ। ਦੋ ਮਾਮੇ ਮਹਿਤਾਬ ਸਿੰਘ ਅਤੇ ਗੁਲਾਬ ਸਿੰਘ ਸਨ। ਪਿੰਡ ਮਨਸੂਰਵਾਲ ਜਲੰਧਰ ਅੰਮ੍ਰਿਤਸਰ ਰੇਲਵੇ ਲਾਈਨ ਬਿਆਸ ਸਟੇਸ਼ਨ ਤੋਂ ਉੱਤਰ ਪੂਰਬ ਦੀ ਨੁੱਕਰ ਵਿੱਚ ਢਿਲਮਾ ਬੱਸ ਅੱਡੇ ਤੋਂ 3 ਕੁ ਮੀਲ ਦੇ ਫਾਸਲੇ 'ਤੇ ਸਥਿਤ ਹੈ। ਬਾਬਾ ਜੀ ਦਾ ਘਰ ਵਿੱਚ ਕੱਚਾ ਨਾਮ ਮਸਤਾਨਾ ਰੱਖਿਆ ਹੋਇਆ ਸੀ, ਕਿਉਂਕਿ ਕੱਚੇ ਨਾਮ ਘਰਾਂ ਵਿੱਚ ਆਮ ਰੱਖੇ ਜਾਂਦੇ ਹਨ। ਜਿਸ ਤਰ੍ਹਾਂ ਦਾ ਬੱਚੇ ਦਾ ਸੁਭਾਅ ਹੋਵੇ, ਹਾਂ ਬਈ, ਨਾਮ ਜਪਣ ਵਾਲੇ ਰੱਬ ਨਾਲ ਜੁੜੇ ਹੋਏ ਦੁਨੀਆਦਾਰੀ ਵਿੱਚ ਮਸਤਾਨੇ ਹੀ ਹੁੰਦੇ ਹਨ। ਲੋਕ ਮਾਂ ਪਿਓ ਉਹਨਾਂ ਨੂੰ ਹੀ ਸਿਆਣੇ ਸਮਝਦੇ ਹਨ, ਜੋ ਕੰਮ ਕਾਰ ਕਰਕੇ ਚੰਗੀ ਮਾਇਆ ਇਕੱਠੀ ਕਰਨ, ਪਰ ਰੱਬ ਦੇ ਪਿਆਰਿਆਂ ਵਾਸਤੇ ਉਹ ਕੰਬਲੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਸਭ ਚੀਜ਼ਾਂ ਤਾਂ ਇੱਥੇ ਰਹਿ ਜਾਣੀਆਂ ਨੇ ਜਿਨ੍ਹਾਂ ਨੂੰ ਇਹ ਸਿਆਣੇ ਬਣ ਕੇ ਇਕੱਠਿਆਂ ਕਰਦੇ ਹਨ। ਤਦੇ ਤਾਂ ਸਾਹਿਬ ਆਖਦੇ ਹਨ, ਸਿਆਣਪ ਕਾਹੂ ਕਾਮ ਨਾ ਆਤ, ਛੋੜ ਸਿਆਣਪ ਬਹੁ ਚਤਰਾਈ, ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਦ ਪਰੇ। ਜਿਤਨੇ ਅਸੀਂ ਸਿਆਣੇ ਬਣ ਕੇ ਕੰਮ ਕੀਤੇ ਉਹ ਕੰਮ ਨਹੀਂ ਕੀਤੇ, ਆਪਣੇ ਗਲਾਂ ਵਿੱਚ ਫਾਹੀਆਂ ਪਾਈਆਂ, ਪਰ ਬੇੜਾ ਪਾਰ ਤਦ ਹੋਇਆ ਜਦੋਂ ਅਸੀਂ ਉਹਨਾਂ ਮਹਾਂਪੁਰਖਾਂ ਦੀ ਬਖਸ਼ਿਸ਼ ਲਈ ਜਿਨ੍ਹਾਂ ਨੂੰ ਅਸੀਂ ਕਮਲੇ ਕਹਿੰਦੇ ਸੀ। ਸਾਹਿਬ ਆਖਦੇ ਨੇ, ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ। ਭਾਈ ਸਾਹਿਬ ਆਖਦੇ ਹਨ, ਗੁਰਸਿੱਖੀ ਗੁਰਬ ਸਿੱਖ ਸੁਣ ਅੰਦਰੋਂ ਸਿਆਣਾ ਬਾਹਰੋਂ ਭੋਲਾ। ਭਾਈ ਗੁਰਦਾਸ ਜੀ, ਵਾਕਿਆ ਹੀ ਭਾਈ ਉਹ ਬਾਹਰੋਂ ਸਿੱਧੇ ਸਾਦੇ ਅਤੇ ਭੋਲੇ ਬਣ ਕੇ ਦੁਨੀਆ ਅੰਦਰ ਵਿਚਰੇ। ਬਾਬਾ ਜੀ ਆਮ ਦੁਨਿਆਵੀ ਬਾਲਕਾਂ ਤੋਂ ਵੱਖਰੇ ਸਨ। ਖੇਡਣਾ, ਹੱਸਣਾ, ਰੋਣਾ, ਲੜਨਾ, ਝਗੜਨਾ, ਗਰਮੀ, ਸਰਦੀ, ਭੁੱਖ, ਤ੍ਰੇਹ ਆਪ ਜੀ ਦੇ ਨੇੜੇ ਤੱਕ ਨਹੀਂ ਸੀ। ਮਾਤਾ ਪਿਤਾ ਦੇ ਕਹਿਣ 'ਤੇ ਆਪ ਖੇਤੀਬਾੜੀ ਦੇ ਕੰਮ ਵਿੱਚ ਹਿੱਸਾ ਤਾਂ ਲੈਂਦੇ ਸਨ, ਪਰ ਚੁੱਪ ਚਾਪ ਹੀ ਜਿੱਥੇ ਬਹਿੰਦੇ ਬੈਠੇ ਰਹਿੰਦੇ। ਮਾਤਾ ਜੀ ਹੀ ਆਪ ਜੀ ਦਾ ਬਹੁਤਾ ਖਿਆਲ ਰੱਖਦੇ ਸਨ। ਰੋਟੀ ਪਾਣੀ, ਖਾਣਾ ਪੀਣਾ ਜਾਂ ਨਹਾਉਣਾ ਧੋਣਾ ਆਪ ਜੀ ਕੁਝ ਵੀ ਨਾ ਕਰਦੇ। ਕਦੇ ਕਦਾਈ ਕੁਝ ਬੋਲਦੇ, ਪਰ ਕਿਸੇ ਨੂੰ ਕੁਝ ਸਮਝ ਨਾ ਆਉਂਦੀ। ਅਤੇ ਇੱਕ ਵਾਰੀ ਇੱਕ ਮਹਾਤਮਾ ਭਿੱਖਿਆ ਲੈਣ ਵਾਸਤੇ ਘਰ ਆਇਆ। ਮਾਤਾ ਜੀ ਤਾਂ ਘਰ ਨਹੀਂ ਸਨ, ਸਾਧੂ ਆਵਾਜ਼ਾਂ ਦਿੰਦਾ ਰਿਹਾ, ਪਰ ਆਪ ਜੀ ਚੁੱਪ ਚਾਪ ਮੰਜੀ ਉੱਪਰ ਬੈਠੇ ਰਹੇ। ਸਾਧੂ ਅੰਦਰ ਆਇਆ ਅਤੇ ਹੇਠਾਂ ਬੈਠ ਗਿਆ ਅਤੇ ਆਪ ਜੀ ਵੱਲ ਚੰਗੀ ਤਰ੍ਹਾਂ ਗੌਰ ਦੇ ਨਾਲ ਦੇਖਦਾ ਰਿਹਾ ਅਤੇ ਦੇਖ ਕੇ ਹੀ ਆਪਣੀ ਦਿਵ ਦ੍ਰਿਸ਼ਟੀ ਨਾਲ ਸਮਝ ਗਿਆ, ਕਿਉਂਕਿ ਭਾਵੇਂ ਕੋਈ ਜਿੰਨਾ ਮਰਜ਼ੀ ਸ਼ਕਤੀ ਵਾਲਾ ਹੋਵੇ, ਪਰ ਜਿੰਨਾ ਚਿਰ ਉਹ ਗਊ ਦੇ ਨਾਲ ਨਾ ਦੇਖੇ ਉਨੀ ਦੇਰ ਅੰਦਾਜ਼ਾ ਨਹੀਂ ਲੱਗ ਸਕਦਾ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਸੰਸਾਰ ਨੂੰ ਧਿਆਨ ਦੇ ਨਾਲ ਦੇਖਿਆ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਜਿਵੇਂ ਕੋਈ ਪੁਸਤਕ ਹੈ ਪੜ੍ਹਨ ਵਾਸਤੇ ਸਮਾਂ ਤਾਂ ਕੱਢਣਾ ਹੀ ਪਵੇਗਾ, ਇਸੇ ਤਰ੍ਹਾਂ ਕਿਸੇ ਦੇ ਮਸਤਕ ਦੀਆਂ ਰੇਖਾਂ ਜਾਂ ਕਿਸੇ ਨੂੰ ਪੜ੍ਹਨੀਆਂ ਆਉਂਦੀਆਂ ਵੀ ਹੋਣ, ਪਰ ਜਿੰਨੀ ਦੇਰ ਪੜ੍ਹੇ ਨਹੀਂ ਤਾਂ ਕਿਵੇਂ ਪਤਾ ਲੱਗੇ। ਉਹਨਾਂ ਸੰਤਾਂ ਨੇ ਆਪ ਜੀ ਨੂੰ 1-2 ਵਾਰੀ ਬੁਲਾਇਆ, ਪਰ ਆਪ ਜੀ ਨਾ ਬੋਲੇ। ਆਪ ਜੀ ਦੇ ਸਰੀਰ ਦੇ ਚਿੰਨ੍ਹ ਚੱਕਰ, ਹੱਥਾਂ ਅਤੇ ਪੈਰਾਂ ਦੀਆਂ ਰੇਖਾਵਾਂ ਦੇ ਨਿਸ਼ਾਨ ਦੇਖਣ ਲੱਗ ਪਏ। ਉਸ ਵੇਲੇ ਮਾਤਾ ਜੀ ਆ ਗਏ ਅਤੇ ਦੇਖਿਆ ਕਿ ਸੰਤ ਜ਼ਮੀਨ ਉੱਤੇ ਬੈਠੇ ਨੇ।
ਅਤੇ ਮੇਰਾ ਲੜਕਾ ਮੰਜੇ 'ਤੇ ਬੈਠਾ ਹੈ। ਛੇਤੀ ਬਾਬਾ ਜੀ ਦੇ ਕੋਲ ਆ ਕੇ ਕਹਿਣ ਲੱਗੀ, ਬੇਮਸਤਾਨਿਆਂ ਸੰਤ ਜ਼ਮੀਨ 'ਤੇ ਬੈਠੇ ਹਨ ਅਤੇ ਤੂੰ ਮੰਜੇ ਉੱਤੇ। ਬਾਂਹ ਫੜ ਕੇ ਹੇਠਾਂ ਬਿਠਾਉਣ ਲੱਗੀ ਤਾਂ ਮਹਾਤਮਾ ਨੇ ਪੁੱਛਿਆ, ਮਾਤਾ ਇਹ ਬਾਲਕ ਤੇਰਾ ਹੈ? ਮਾਤਾ ਨੇ ਹਾਂ ਵਿੱਚ ਉੱਤਰ ਦਿੱਤਾ ਅਤੇ ਦੱਸਿਆ ਕਿ ਇਹ ਮਸਤ ਜਿਹਾ ਰਹਿੰਦਾ ਹੈ, ਕਿਸੇ ਨਾਲ ਬੋਲਦਾ ਚੱਲਦਾ ਨਹੀਂ, ਖਾਣ ਪੀਣ ਦੀ ਵੀ ਕੋਈ ਸੁਰਤ ਨਹੀਂ ਕਰਦਾ। ਅੱਗੋਂ ਸੰਤਾਂ ਨੇ ਦੱਸਿਆ